घर आके राजवीर ने वीर नूं गवांढण तों फड़िया। ਉਹ ਕਦੋਂ ਦਾ ਉਸਦੇ ਇੰਤਜ਼ਾਰ ਵਿੱਚ ਰੋ ਰਿਹਾ ਸੀ। ਰਾਜਵੀਰ 'ਤੇ ਚੁੱਕਣ ਸਾਰ ਹੀ ਉਹ ਚੁੱਪ ਹੋ ਗਿਆ। ਰਾਜਵੀਰ ਉਸਨੂੰ ਪਿਆਰ ਕਰਦੀ ਹੈ ਅਤੇ ਰੋਂਦੇ ਨੂੰ ਪੁੱਤ ਮੰਮਾ ਆ ਗਈ, ਮੰਮਾ ਆ ਗਈ ਇਹ ਕਹਿੰਦੀ ਵੀ ਉਹਦਾ ਵੀ ਰੋਣ ਨਿਕਲ ਜਾਂਦਾ ਹੈ। ਘਰ ਜਾ ਕੇ ਵੀ ਉਹਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਰਾਜਵੀਰ ਬਹੁਤ ਰੋਏ। ਕਦੇ ਉਹ ਆਪਣੀ ਕਿਸਮਤ ਨੂੰ, ਕਦੇ ਜੀਤ ਨੂੰ ਅਤੇ ਕਦੇ ਬੌਸ ਵਾਲੀ ਗੱਲ ਨੂੰ ਯਾਦ ਕਰਕੇ। ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ। ਵੀਰ ਵੱਲ ਦੇਖਦੀ ਤਾਂ ਫਿਰ ਉਸਨੂੰ ਪਿਆਰ ਕਰਦੀ ਹੋਈ ਫਿਰ ਰੋਣ ਲੱਗ ਜਾਂਦੀ। ਉਹਦਾ ਸਿਰਫ ਇੱਕ ਹੀ ਸਹਾਰਾ ਸੀ, ਵੀਰ ਲਈ ਹੀ ਤਾਂ ਹਜੇ ਤੱਕ ਜਿੰਦਾ ਸੀ ਰਾਜਵੀਰ, ਨਹੀਂ ਤਾਂ ਕਦੋਂ ਦੀ ਆਤਮ ਹੱਤਿਆ ਕਰ ਲੈਂਦੀ। ਰਾਜਵੀਰ ਨੇ ਬੌਸ ਨੂੰ ਤਾਂ ਮਨ੍ਹਾ ਕਰ ਦਿੱਤਾ, ਪਰ ਹੁਣ ਉਸਨੂੰ ਕਿਸੇ ਵੀ ਪਾਸਿਓਂ ਉਮੀਦ ਨਹੀਂ ਨਜ਼ਰ ਆ ਰਹੀ ਸੀ। ਅਜੇ 2 ਦਿਨ ਹੀ ਗੁਜ਼ਰੇ ਸੀ ਕਿ ਇੱਕ ਮੁਸੀਬਤ ਹੋਰ ਖੜ੍ਹੀ ਹੋ ਗਈ। ਸ਼ਾਮ ਨੂੰ ਜਦੋਂ ਰਾਜਵੀਰ ਘਰ ਆਈ ਤਾਂ ਗਵਾਂਢੀਆਂ ਦਾ ਵੱਡਾ ਮੁੰਡਾ ਆ ਕੇ ਗੇਟ ਖੜਕਾਉਣ ਲੱਗਿਆ। ਰਾਜਵੀਰ ਨੇ ਗੇਟ ਖੋਲ੍ਹਿਆ, ਉਹ ਵੀਰ ਨੂੰ ਲੈ ਕੇ ਆਇਆ। ਆਉਣ ਸਾਰ ਹੀ ਉਸਨੇ ਵੀਰ ਰਾਜਵੀਰ ਨੂੰ ਫੜਾਇਆ ਅਤੇ ਉਲਟਾ ਸਿੱਧਾ ਬੋਲਣ ਲੱਗ ਪਿਆ। ਕਹਿਣ ਲੱਗਾ, ਆਹ ਸਾਂਭ ਭਾਈ ਆਪਣੀ ਔਲਾਦ ਸਾਥੋਂ ਨਹੀਂ ਸਾਂਭਿਆ ਜਾਂਦਾ, ਨਾ ਹਰ ਰੋਜ਼ ਕੌਣ ਕਿਸੇ ਨੂੰ ਸੰਭਾਲੇ। ਤੁਹਾਡੇ ਬੋਝ ਨੂੰ ਰੱਖ ਆਪਣੇ ਕੋਲ, ਜੇ ਸੰਭਾਲਣਾ ਨਹੀਂ ਤਾਂ ਜੰਮਿਆ ਕਿਉਂ ਸੀ, ਅਸੀਂ ਤੇਰੇ ਨੌਕਰ ਰੱਖੇ ਹਾਂ। ਰਾਜਵੀਰ ਡਰੀ ਹੋਈ ਸੀ, ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਹ ਵਾਰ ਵਾਰ ਪੁੱਛ ਰਹੀ ਸੀ, ਕੀ ਹੋ ਗਿਆ ਭਾਅ ਜੀ, ਗੱਲ ਤਾਂ ਦੱਸੋ, ਗੱਲ ਕੀ ਹੋਈ ਆ। ਪਰ ਉਹਨੂੰ ਕੁਝ ਵੀ ਨਹੀਂ ਸੀ ਦੱਸ ਰਿਹਾ, ਬਸ ਅਵਾ ਤਵਾ ਬੋਲਦਾ ਜਾ ਰਿਹਾ ਸੀ। ਕੁਝ ਦੇਰ ਬੋਲ ਕੇ ਉਹ ਗੁੱਸੇ ਵਿੱਚ ਆਪਣੇ ਘਰ ਚਲਾ ਗਿਆ। ਉਸਦੇ ਜਾਣ ਮਗਰੋਂ ਸਾਹਮਣੇ ਵਾਲੇ ਗਵਾਂਢੀਆਂ ਨੇ ਦੱਸਿਆ ਕਿ ਭੈਣ ਜੀ ਅੱਜ ਉਹਦੀ ਘਰਵਾਲੀ ਨਾਲ ਇਸਦੀ ਲੜਾਈ ਹੋ ਗਈ, ਤੋਂ ਪੇਕਿਆਂ ਨੂੰ ਤੁਰ ਗਈ ਅਤੇ ਹੁਣ ਇਹ ਭੂਹੇ ਹੋਇਆ ਫਿਰਦਾ ਹੈ। ਤੁਸੀਂ ਆਪਣਾ ਜਵਾਕ ਇਹਨਾਂ ਨੂੰ ਨਾ ਫੜਾਓ, ਕੀ ਪਤਾ ਕੁਝ ਕਰ ਹੀ ਨਾ ਦੇਵੇ। ਅਸੀਂ ਤਾਂ ਆਪ ਦੋਨੋਂ ਜੀ ਨੌਕਰੀ 'ਤੇ ਜਾਂਦੇ ਹਾਂ, ਨਹੀਂ ਤਾਂ ਅਸੀਂ ਸੰਭਾਲ ਲਈਏ। ਰਾਜਵੀਰ ਨੇ ਕਿਹਾ, ਕੋਈ ਗੱਲ ਨਹੀਂ ਭਰਾ ਜੀ, ਮੈਨੂੰ ਪਤਾ ਤੁਹਾਡੀ ਮਜਬੂਰੀ। ਉਹ ਇੰਨਾ ਕਹਿ ਕੇ ਅੰਦਰ ਚਲੀ ਗਈ, ਪਰ ਉਸ ਵਕਤ ਰਾਜਵੀਰ ਨਾਲੋਂ ਵੱਧ ਮਜਬੂਰ ਕੋਈ ਨਹੀਂ ਸੀ। ਉਸਨੂੰ ਹੁਣ ਕੋਈ ਵੱਡੀ ਚਿੰਤਾ ਸਤਾ ਰਹੀ ਸੀ। ਰਾਜਵੀਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੱਲ੍ਹ ਨੂੰ ਵੀਰ ਨੂੰ ਕਿਸ ਕੋਲ ਛੱਡੇਗੀ। ਅਜੇ ਉਹ ਸੋਚਿਆ ਹੀ ਸੋਚ ਰਹੀ ਸੀ ਕਿ ਫਿਰ ਦਰਵਾਜ਼ਾ ਖੜ ਗਿਆ। ਉਸਨੇ ਪੁੱਛਿਆ, ਕੌਣ ਹੈ? ਤਾਂ ਗਵਾਂਢੀਆਂ ਦਾ ਛੋਟਾ ਮੁੰਡਾ ਬੋਲਿਆ, ਮੈਂ ਹਾਂ ਜੀ। ਉਹਨੇ ਡਰਦੇ ਹੋਏ ਗੇਟ ਖੋਲ੍ਹਿਆ। ਮੁੰਡਾ ਕਹਿੰਦਾ, ਅੰਦਰ ਆ ਸਕਦਾ? ਰਾਜਵੀਰ ਨੇ ਹਾਂ ਕਰ ਦਿੱਤੀ। ਅੰਦਰ ਆਉਣ ਸਾਰ ਪਹਿਲਾਂ ਉਸਨੇ ਰਾਜਵੀਰ ਤੋਂ ਮਾਫ਼ੀ ਮੰਗੀ ਅਤੇ ਫਿਰ ਕਹਿਣ ਲੱਗਿਆ, ਮੇਰੇ ਭਰਾ ਦੀ ਗਲਤੀ ਲਈ ਮੈਂ ਮਾਫ਼ੀ ਮੰਗਦਾ ਹਾਂ। ਉਹਨੇ ਸ਼ਰਾਬ ਪੀਤੀ ਹੋਈ ਹੈ ਜੀ, ਅੱਜ ਲੜਾਈ ਕਰਕੇ ਭਾਬੀ ਨੂੰ ਵੀ ਭਜਾ ਤਾ, ਉਹ ਤਾਂ ਪਾਗਲ ਆ, ਤੁਸੀਂ ਬੁਰਾ ਨਾ ਮਨਾਇਓ ਜੀ। ਨਹੀਂ ਜੀ, ਕੋਈ ਗੱਲ ਨਹੀਂ, ਠੀਕ ਹੈ ਬਸ। ਫਿਰ ਉਹ ਅੱਗੇ ਗੱਲ ਕਹਿਣ ਲੱਗਿਆ, ਪਰ ਉਸ ਤੋਂ ਪਹਿਲਾਂ ਉਸਨੇ ਪਾਣੀ ਮੰਗਿਆ। ਰਾਜਵੀਰ ਪਾਣੀ ਲੈ ਕੇ ਆਈ ਅਤੇ ਆਉਂਦੀ ਨੂੰ ਮੰਜੇ 'ਤੇ ਬੈਠ ਗਿਆ। ਪਾਣੀ ਪੀ ਕੇ ਉਸਨੇ ਕਿਹਾ, ਤੁਸੀਂ ਚਿੰਤਾ ਨਾ ਕਰੋ ਜੀ, ਮੇਰੀ ਭਾਬੀ ਨਹੀਂ ਹੈ ਤਾਂ ਕੀ ਹੋਇਆ, ਮੈਂ ਤੁਹਾਡੇ ਬੇਟੇ ਨੂੰ ਉਨੇ ਦਿਨ ਸੰਭਾਲ ਲਵਾਂਗਾ, ਨਾਲੇ ਤੁਸੀਂ ਮੇਰੇ ਭਰਾ ਦੀ ਚਿੰਤਾ ਨਾ ਕਰੋ। ਉਹ ਵੈਸੇ ਹੀ ਵੀ ਅੱਜ ਕਿਤੇ ਬਾਹਰ ਚਲਾ ਜਾਵੇਗਾ ਅਤੇ 3-4 ਦਿਨਾਂ ਨੂੰ ਹੀ ਵਾਪਸ ਆਏਗਾ, ਉਹ ਤੁਹਾਡੇ ਬੇਟੇ ਨੂੰ ਕੁਝ ਨਹੀਂ ਕਰੇਗਾ, ਮੇਰੇ ਹੁੰਦੇ ਤੁਸੀਂ ਚਿੰਤਾ ਨਾ ਕਰੋ। ਰਾਜਵੀਰ ਨੇ ਕਿਹਾ, ਧੰਨਵਾਦ, ਪਰ ਤੁਸੀਂ ਇਕੱਲੇ ਕਿਵੇਂ ਸੰਭਾਲੋਗੇ? ਓਹੋ, ਉਸਦੀ ਚਿੰਤਾ ਨਾ ਕਰੋ, ਮੈਂ ਸੰਭਾਲ ਲਵਾਂਗਾ। ਵੈਸੇ ਤੁਸੀਂ ਸਹੀ ਕਿਹਾ ਜੀ, ਮੈਂ ਇਕੱਲਾ ਤਾਂ ਮੈਂ ਹਾਂ, ਪਰ ਤੁਸੀਂ ਵੀ ਤਾਂ ਇਕੱਲੇ ਸਭ ਕੁਝ ਸੰਭਾਲ ਹੀ ਰਹੇ ਹੋ। ਮੈਂ ਕਈ ਵਾਰ ਸੋਚਦਾ ਹੁੰਦਾ ਕਿ ਵਿਚਾਰੀ ਇਕੱਲੀ ਇੰਨੇ ਕੰਮ ਕਿਵੇਂ ਕਰਦੀ ਹੈ, ਤੁਹਾਨੂੰ ਕਦੇ ਇਕੱਲਾਪਣ ਮਹਿਸੂਸ ਨਹੀਂ ਹੋਇਆ? ਉਹ ਤਾਂ ਇਹ ਸਵਾਲ ਸੁਣ ਕੇ ਰਾਜਵੀਰ ਥੋੜ੍ਹਾ ਝਿਜਕ ਕੇ ਬੋਲੀ, ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ। ਲੈ, ਗੱਲ ਕਿਵੇਂ ਨਹੀਂ? ਮੈਨੂੰ ਪਤਾ ਤੁਸੀਂ ਬਹੁਤ ਇਕੱਲਾ ਮਹਿਸੂਸ ਕਰਦੇ ਹੋ, ਜਵਾਨ ਜਹਾਨੋ ਪਤੀ ਵੀ ਨਹੀਂ ਹੈ, ਜ਼ਿੰਦਗੀ ਕੱਟਣੀ ਬਹੁਤ ਮੁਸ਼ਕਲ ਆ, ਨਾਲੇ ਤੁਹਾਡੀ ਅਜੇ ਉਮਰ ਵੀ ਕੀ ਹੈ, ਇਸ ਉਮਰੇ ਸਬਰ ਨਹੀਂ ਹੁੰਦਾ ਹੋਣਾ, ਅਜੇ ਤਾਂ ਤੁਸੀਂ ਵਿਵਾਹਿਕ ਜੀਵਨ ਦੇ ਸੁੱਖ ਵੀ ਨਹੀਂ ਸੀ ਭੋਗੇ, ਹੁਣ ਥੋੜ੍ਹਾ ਨਿੱਜੀ ਹੁੰਦਾ ਜਾ ਰਿਹਾ ਸੀ। ਉਸਦੀਆਂ ਗੱਲਾਂ ਕਿਸੇ ਹੋਰ ਪਾਸੇ ਨੂੰ ਜਾ ਰਹੀਆਂ ਸੀ। ਰਾਜਵੀਰ ਵੀ ਇਹ ਗੱਲਾਂ ਸਮਝ ਗਈ ਸੀ, ਪਰ ਉਹ ਕੁਝ ਬੋਲ ਨਹੀਂ ਰਹੀ ਸੀ। ਉਹ ਫਿਰ ਬੋਲਿਆ, ਵੈਸੇ ਜੀ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਪਰ ਮੈਂ ਇਸ ਵਿੱਚ ਤੁਹਾਡੀ ਮਦਦ ਕਰ ਸਕਦਾ ਜੇ ਤੁਸੀਂ ਚਾਹੋ ਤਾਂ।
जी मैं कुछ समझी नहीं। ले समझने भला तुसी कड़ा न्याणे हो। मैं कह रही हाँ कि तुहाड़ियां मुश्किलां दूर करने लई मैं तुहाड़ी मदद कर देना, तो तुसी मेरी मदद कर दिओ जी। ओ किवें ले कमली हजे भी नहीं समझी। देख तू भी कली ते मैं भी कला, क्यों ना आपां इक दूजे दा कल्लापन दूर ही करिए। तुहाडे बच्चे नूं संभालण विच मैं मदद कर दिया करूँ, तुसी मेरा कल्लापन दूर कर दिया करो। वैसे भी जीत नूं गए होए कई महीने हो गए, हुण तां तुहाडा दिल भी करदा होना। काम वासना मारनी बहुत मुश्किल आ। ये सुन के राजवीर नूं अगां लग गईआं ते इह अग उहदे चेहरे ते साफ नज़र आ रही सी। ओह कुर्सी तों उठ के खड़ी हो गई ते ओह वी थोड़ा घबरा के बोलिया, ओहो तूं तां बुरा मना गई कमलीए, मैं तां तेरे ही काम की गल करदा। माफ करो मैनू कोई मदद नहीं चाहिए। लै मदद किवें नहीं चाहिए, कल्ली किवें कर लेंगी सारा कुछ, आ जवाक नूं किहदे कोल रखेंगी। मैं ही हाँ जो तेरी मदद कर सकदा, देख लै ते नाले तेरा दिल नहीं करदा। मैनू नहीं चाहिए तुहाडी मदद, ते मेरे घरों बाहर चले जाओ इस तों पहलां कि मैं कुछ होर कर दियां। लै कर लो गल, मैं तेरी मदद करनू फिरदा सी, तू मैनू धमकियां दिन्ने। चल कोई ना आपां की लैणा सांभ आपदे नूं आपे, भलाई दा जमाना ही नहीं रहा। इन्ना कहिंदा होया उह घर तों बाहर चला गया। राजवीर भुब्बा मार के रोण लग गई। उहनूं इक वारी अहसास हो गया सी कि सब यही भालदे ने।